ਤੂੰ ਵਿਆਹ ਤੇ ਚਲਾਉਣੇ ਆ ਕੀ ਹੋਇਆ ਯਾਰ ਹਰ ਬੰਦਾ ਅੱਕਿਆ ਹੀ ਫਿਰਦਾ ਕੀ ਗੱਲ ਕਿਉਂ ਕੀ ਗੱਲ ਓਏ ਖਰਬੂਜ਼ੇ ਤੂੰ ਲਾਏ ਆ ਆਹੋ ਮਰੇ ਕੋਈ ਮਲੋਕ ਲਾ ਕੋਈ ਜਾਮ ਨੂੰ ਲਾ ਬਿਲਕੁਲ ਮੂੰਹ ਦੇ ਬਰਕਸ ਫਲ ਲਾ ਲਿਆ ਕੌਣ ਏ ਤੂੰ ਮੈਂ ਹੁਣ ਡੌਨ ਉਹਦੇ ਹੱਥ ਚ ਮੈਕ ਨੀ ਹੁੰਦਾ ਡੌਨ ਦੇ ਪਿਸਤੌਲ ਹੁੰਦੀ ਆ ਬੈਕ ਵਾਲੇ ਬੂਟ ਪਾ ਕਹਿੰਦਾ ਮੈਨੂੰ 11 ਵਜੇ ਕਹੋ ਅੱਛਾ ਇਹ ਦੋ ਬੈਟਰੀਆਂ ਲਾਈਆਂ ਇੱਕ ਫਲਾਂ ਵਾਸਤੇ ਇੱਕ ਆਪਣੇ ਵਾਸਤੇ ਨਹੀਂ ਇੱਕ ਗਾਹਕ ਵਾਸਤੇ ਨਹੀਂ ਇੱਕ ਤੇਰੇ ਵਾਸਤੇ ਆਹੋ ਗਾਹਕ ਵਾਸਤੇ ਵੀ ਗਾਹਕ ਨੂੰ ਮੈਂ ਵੀ ਨਜ਼ਰ ਆ ਜਾਵਾਂ ਇਹ ਆਪਰੇਸ਼ਨ ਲਈ ਨਹੀਂ ਲਾਈਆਂ ਇਹਦੇ ਉੱਤੇ ਸੌਦਾ ਵੇਚੀ ਦਾ ਅੱਛਾ ਆਪਰੇਸ਼ਨ ਤੇਰੀ ਪੱਥਰੀ ਨਹੀਂ ਕੱਢਣੀ ਇੱਥੇ ਤੂੰ ਮੇਰੇ ਇੱਕ ਸਵਾਲ ਦਾ ਜਵਾਬ ਦੇ ਦੇ ਜੀ ਜੀ ਮੈਂ ਤੈਨੂੰ ਸਵਾਲ ਕਰਦਾ ਜੀ ਬਿਲਕੁਲ ਤੈਨੂੰ ਟੈਨਸ਼ਨ ਆ ਵੀ ਮੇਰੇ ਖਰਬੂਜ਼ੇ ਵਿਕ ਨਹੀਂ ਰਹੇ ਹਾਂਜੀ ਤੇਰੇ ਸਾਰੇ ਮੈਂ ਸਾਰਿਆਂ ਨੂੰ ਕਿਲੋ ਕਿਲੋ ਦੋ ਦੋ ਕਿਲੋ ਲੈ ਕੇ ਮੈਂ ਲਓਗੇ ਵੀ ਸਾਰੇ ਲਓ ਜੀ ਇੱਕ ਸਵਾਲ ਦਾ ਜਵਾਬ ਦੇ ਦੇ ਹਾਂ ਦੱਸੋ ਉਹ ਕਿਹੜਾ ਖੇਲ ਆ ਜੀ ਜੀ ਜਿਹਦੇ ਚ ਖਿਲਾੜੀ ਜਿਹੜਾ ਪਿੱਛੇ ਰਹਿ ਜਾਂਦਾ ਨਾ ਉਹ ਜਿੱਤ ਜਾਂਦਾ ਭਾਈ ਜੀ ਮੈਂ 10 ਗਿਣਨਾ ਹੀ 1 2 3 4 5 ਜਿਹੜਾ ਅੱਗੇ ਨਿਕਲ ਜਾਂਦਾ ਲੈ ਜੋ ਜਿਹੜਾ ਅੱਗੇ ਨਿਕਲ ਜਾਂਦਾ ਹਾਰ ਜਾਂਦਾ ਜਿਹੜਾ ਪਿੱਛੇ ਰਹਿੰਦਾ ਜਿੱਤ ਜਾਂਦਾ ਕਿਹੜਾ ਖੇਲ ਆ ਖੇਲ ਦਾ ਨਾਂ ਦੱਸ ਗੁੱਲੀ ਡੰਡਾ ਨਹੀਂ ਉੱਲੂ ਡੰਡੇ ਨਹੀਂ ਚਲੋ ਜੀ 6 6 ਤੋਂ ਬਾਅਦ 8 9 ਹਾਂ ਚਾਰ ਰੋ ਰਹਿ ਜੋ ਇੱਕ ਰਹਿ ਗਿਆ ਕਬੂਤਰ ਬਾਜੀ ਕਬੂਤਰ ਤਾਂ ਤੈਨੂੰ ਪਤਾ ਬਾਜੀ ਮੈਂ ਤੇਰੀ ਇੱਥੇ ਇਹੋ ਜੀ ਪਵਾਉਣੀ ਹੈ ਨਾ ਮੈਂ ਕਹਿ ਰਿਹਾ ਤੈਨੂੰ ਯਾਰ ਕਬੂਤਰ ਲਓ ਤਾਂ ਨੂੰ ਨੱਸਦੇ ਆ ਹਾਂ ਤੇ ਜਿਹੜਾ ਪਿੱਛੇ ਰਹਿ ਜਾਂਦਾ 9 ਤੇਰਾ ਰੋਜ਼ਾ ਖੁੱਲਣਾ ਇੱਕ ਮਿੰਟ ਠਹਿਰ ਜਾ ਇਹ ਦੁਨੀਆ 'ਚ ਇੱਕ ਐਸਾ ਮਜ਼ਹਬ ਹੈਗਾ ਤੈਨੂੰ ਮੈਂ ਦੱਸਾਂ ਸੱਚੀ ਮੁੱਚੀ ਦੱਸਣ ਲੱਗਾ ਮਜ਼ਾਕ ਤੋਂ ਹਟ ਕੇ ਨੌਲੇਜ ਵਾਸਤੇ ਇੱਕ ਐਸਾ ਮਜ਼ਹਬ ਵੀ ਹੈਗਾ ਦੁਨੀਆ 'ਚ ਜਿਹੜੇ ਨਾ ਆਪਣੇ ਮੁਰਦਿਆਂ ਨੂੰ ਸਾੜਦੇ ਆ ਨਾ ਉਹਨਾਂ ਨੂੰ ਕੁਛ ਕਰਦੇ ਆ ਉਹਨੂੰ ਸਿਰਫ ਖਰਬੂਜ਼ੇ ਲਵਾ ਦਿੰਦੇ ਆ